ਉਹਨਾਂ ਦੇ ਵਿੱਚ ਇਹ ਅਕੀਦਾ ਕੋਈ ਨਹੀਂ ਲਿਖਿਆ ਹੋਇਆ ਕਿ ਨਬੀ ਉੱਤੇ ਜਾਦੂ ਦਾ ਅਸਰ ਹੋਣਾ ਜਾਂ ਨਾ ਹੋਣਾ ਅਕੀਦੇ ਦਾ ਮਸਲਾ ਹੈ, ਇਹ ਅਕੀਦਾ ਵਿੱਚ ਨਹੀਂ ਲਿਖਿਆ। ਅਲਬੱਤਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਜਿਹੜਾ ਬੰਦਾ ਜਾਦੂ ਦਾ ਇਹ ਅਸਰ ਮੰਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜੁਲਦੇ ਗਏ, ਬਿਮਾਰ ਹੁੰਦੇ ਗਏ, ਆਪ ਦੇ ਸਿਰ ਮੁਬਾਰਕ ਦੇ ਵਾਲ ਢਹਿ ਗਏ ਜਾਂ ਆਪ ਦੀ ਦਾੜੀ ਮੁਬਾਰਕ ਦੇ ਵਾਲ ਗਿਰ ਗਏ, ਇਹੋ ਜਿਹਾ ਅਕੀਦਾ ਚੁੱਕੇ ਤਾਂ ਹੋਈ ਨੇ ਨਬੂਵਤ, ਇਹੋ ਜਿਹਾ ਨਜ਼ਰੀਆ, ਲਿਹਾਜ਼ਾ ਇਸ ਦੇ ਕਾਇਲ ਦੇ ਪਿੱਛੋਂ ਨਮਾਜ਼ ਨਹੀਂ ਪੜ੍ਹਨੀ ਚਾਹੀਦੀ। ਇਹ ਤਾਂ ਗੱਲ ਠੀਕ ਹੈ, ਠੀਕ ਹੈ। ਬਾਕੀ ਰਹਿ ਗਿਆ ਇਹ ਕਿ ਮੇਰਾ ਤਾਂ ਮਸ਼ਵਰਾ ਇਹ ਕਿ ਤੁਸੀਂ ਦੋਵੇਂ ਪਾਰਟੀਆਂ ਜਿਹੜੇ ਇੱਕ ਵਾਧੂ ਦੇ ਫਤਵੇ ਲਿਖਾਈਂਦੇ ਕਹੇ ਇਹੋ ਜਿਹਾ ਨੁਕਤਾ ਨਜ਼ਰ 'ਤੇ ਮੁਤਫਿਕ ਹੋ ਜਾਓ ਜਿਹਦੇ ਵਿੱਚ ਨਾ ਉਹ ਮਤਲਬ ਕਾਇਲ ਰਵੇਨ ਜਾਦੂ ਦੇ ਅਤੇ ਨਾ ਤੁਸੀਂ ਬਹੁਤ ਉਤਲੀ ਪੌੜੀ 'ਤੇ ਤਸ਼ੱਦਦ ਕਰੋ, ਕਿਉਂਕਿ ਇਹ ਮਸਲਾ ਨਜ਼ਰੀਆਤੀ ਹੈ, ਅਕੀਦੇ ਦਾ ਨਹੀਂ, ਨਜ਼ਰੀਆਤੀ ਹੈ। ਨਜ਼ਰੀਆ ਇੱਕ ਰੱਖਣਾ ਹੋਰ ਹੁੰਦਾ, ਇੱਕ ਅਕੀਦਾ ਰੱਖਣਾ ਹੋਰ। ਅਗਰ ਤੁਹਾਡੇ ਕੋਲ ਕੋਈ ਦਲੀਲ ਮੰਗਸੀ ਨਾ, ਅਗਰ ਇਹ ਅਕੀਦਾ ਹੈ ਤਾਂ ਕੋਤੋਂ ਵੀ ਅਕਾਇਦ 'ਚ ਵਿਖਾਇਓ ਤਾਂ ਤੁਸੀਂ ਵਿਖਾ ਨਹੀਂ ਸਕਦੇ, ਇੱਥੇ ਤੁਸੀਂ ਹਾਰ ਵੀ ਸੋ। ਇਸ ਵਾਸਤੇ ਇਹਨੂੰ ਨਜ਼ਰੀਆਤੀ ਮਸਲਾ ਰੱਖੋ ਔਰ ਆਪਣੇ ਮਸਲੇ 'ਤੇ ਠੀਕ ਹੈ ਅਸਰ ਡਟੇ ਹੋਇਆ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਐਸਾ ਕਤਨ ਕੋਈ ਅਸਰ ਨਾ ਹੋਇਆ, ਨਾ ਹੋ ਸਕਦਾ, ਬਲਕਿ ਉਹ ਤਾਂ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਹੈ। ਮੈਂ ਤਾਂ ਇਹਨਾਂ ਕਿ ਆਮ ਮੋਮਿਨ ਮੁਤਕੀ ਤਾਂ ਵੀ ਨਹੀਂ ਹੋਣਾ। ਮੈਂ ਤਕਰੀਰ 'ਚ ਆਖਿਆ ਆਪ ਉਤਨੀ ਝੜੀ ਜਾਤ ਹੈ, ਭਾਵੇਂ ਉਹ ਜਿਹੜੀ ਮਲ ਸ਼ਾਹ ਸਾਹਿਬ ਅਲੀ ਮਸੀਹ 'ਤੇ ਜੁਮਾ ਪੜਾਇਆ, ਬਈ ਜਿਹਨੂੰ ਸ਼ੌਂਕ ਹੈ ਅਤੇ ਜਿਹੜਾ ਆਦਾ ਉਹ ਮੇਰੇ ਉੱਤੇ ਕਰ ਲਵੇ, ਜਦ ਮੈਂ ਤਾਂ ਹੀ ਬੈਠਾ ਮੇਰੇ ਉੱਤੇ ਕਰੇ ਕੋਈ ਜਦ ਜਿਹੜਾ ਆਦਾ ਉਹ ਬੈਠਾ। ਬਹਰਹਾਲ ਇਹ ਤਾਂ ਗੱਲ ਇਹ ਦੁਬਈ ਤਾਂ ਕੋਈ ਲਚਕ ਹੀ ਨਹੀਂ, ਨਾ ਲਚਕ ਲਾਉਣ ਦੀ ਜ਼ਰੂਰਤ, ਇਹ ਸਾਡਾ ਪੱਕਾ ਠੱਕਾ ਅਲਹਮਦੁਲਿਲਾ ਜਿਹੜਾ ਨੁਕਤਾ ਨਜ਼ਰ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਕਤਾਨ ਕੋਈ ਜਾਦੂ ਦਾ ਸਰ। ਲੇਕਿਨ ਮੈਂ ਕੁਛ ਸੁਣੀ ਤੁਹਾਡੇ ਮੌਜੂਦਾ ਜਿਹੜੀ ਇਲਾਕੇ ਦੀ ਸੂਰਤ ਹਾਲ ਹੈ ਉਹ ਵੀ ਅੱਛੀ ਨਹੀਂ, ਠੀਕ ਹੈ ਨਾ। ਜ਼ਰਾ ਗੁੱਸੇ ਨੂੰ ਥੋੜ੍ਹੀ ਜਿਹੀ ਇੱਕ ਪਾਸੇ ਰੱਖ ਕੇ ਅਤੇ ਇੱਕ ਜਿਵੇਂ ਇੱਕ ਅਖਲਾਕ ਕਹਿਣ ਨੂੰ ਸਮਝਾਉਣ ਦੀ ਨੀਅਤ ਹੋਈ ਨਾ, ਇਖਲਾਸ ਰੱਖ ਕੇ ਕਹਿਣ ਦੀ ਖੈਰ ਖਾਈ, ਝੇੜਬਾਜ਼ੀ ਨਾ, ਤੰਜ਼ ਤਜ਼ੀਕ ਨਾਲ ਮਸਲੇ ਹੱਲ ਨਹੀਂ ਹੁੰਦੇ, ਲੋਕ ਹੱਥੋਂ ਝੇੜੇ ਜਾਵੇ, ਇਸ ਅੰਦਾਜ਼ ਨਾਲ ਸਮਝਾਇਆ ਅਗਲਾ ਸਮਝੇ ਮੇਰੀ ਖੈਰ ਖਾਈ ਬੈਠਾ ਕਰੇਗਾ, ਯਾਰ ਮੇਰਾ ਫਾਇਦਾ ਬੈਠਾ ਕਰੇਗਾ, ਮੇਰੇ ਉੱਤੇ ਹਿੱਟ ਨਹੀਂ ਬੈਠਾ ਕਰੇ। ਇਸ ਤਰੀਕੇ ਨਾਲ ਕੋਈ ਮਸਲਾ ਤੁਹਾਡਾ ਹੱਲ ਹੋ ਸਕਦਾ, ਇਤਿਹਾਸ ਤਾਂ ਬੜੀ ਚੰਗੀ ਗੱਲ ਹੈ। ਪਾਣੀ ਦਿਲ ਮੇਰਾ ਹੀ ਕੋਈ ਨਹੀਂ ਛੱਡੋ ਯਾਰ, ਇਫਾਕ ਕਿਹਦੇ ਗਿਆ ਵੀ ਡਰਾਈਵਰ ਛੱਡੋ ਛੱਡੋ ਛੱਡੋ।